All right, I'm talking to Harvinder Singh on in Ludhiana. Harvinder Singh, Sat Sri Akal ji. How are you? Sat Sri Akal sir, how are you? I'm fine, sir. I'm good. Just now. Thank you very much for being on the call. ਤੁਸੀਂ ਕੁਝ ਗੱਲ ਕਰ ਰਹੇ ਸੀ ਕੋਈ ਮਿਸਰੈਪਰੈਜ਼ੈਂਟੇਸ਼ਨ ਬਾਰੇ ਕਿਸੇ ਟ੍ਰੈਵਲ ਚੇਂਜ ਦੇ ਥਰੂ ਗਲਤੀ ਹੋ ਗਈ ਉਹਦੇ ਬਾਰੇ ਦੱਸੋ ਪਲੀਜ਼ ਜਰਾ। ਹਾਂਜੀ ਸਰ, ਇੱਕ ਅੱਜ ਮਿਸਰੈਪਰੈਜ਼ੈਂਟੇਸ਼ਨ ਦਾ ਕੇਸ ਮੈਨੂੰ ਅੱਜ ਰੂਬਰੂ ਹੋਇਆ ਸੀ ਮੈਂ ਉਹਦੇ ਉਸ ਕੇਸ ਵਿੱਚ ਸਰ ਇਹ ਨਿਕਲ ਕੇ ਆਏ ਤਦ ਸਾਹਮਣੇ ਕਿ ਬੱਚੇ ਨੇ ਸਟੂਡੈਂਟ ਵੀਜ਼ਾ ਫਾਈਲ ਕੀਤਾ ਸੀ ਔਰ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਫੰਡਸ ਜਿਹੜੇ ਨੇ ਸ਼ੋ ਕੀਤੇ ਸੀ ਨਾ ਕਿ ਜੀ ਆਈ ਸੀ ਉਹਨਾਂ ਨੇ ਪੇ ਕੀਤੀ ਸੀ। ਸੋ ਫੰਡਸ ਜਿਹੜੇ ਉਹਨਾਂ ਨੇ ਸ਼ੋ ਕਰਨ ਦੇ ਨਾਲ ਇਹ ਹੋ ਗਿਆ ਸੀ ਕਿ ਕਿਤੇ ਹਾਈ ਕਮਿਸ਼ਨ ਨੂੰ ਕਿਤੇ ਸ਼ੱਕ ਹੋ ਚੁੱਕਿਆ ਸੀ ਕਿ ਵੀ ਇਹ ਫੰਡਸ ਜਿਹੜੇ ਨੇ ਜੈਨੂਇਨ ਨਹੀਂ ਹੈਗੇ। ਤੇ ਇਸੇ ਦੇ ਵਿੱਚ ਜਦੋਂ ਕੈਨੇਡੀਅਨ ਹਾਈ ਕਮਿਸ਼ਨ ਨੇ ਉਸ ਏਜੰਟ ਨੂੰ ਇੱਕ ਫੇਕ ਈਮੇਲ ਆਈਡੀ ਜਿਹੜੀ ਕਿ ਏਜੰਟ ਖੁਦ ਤਿਆਰ ਕਰਦਾ ਸਟੂਡੈਂਟ ਦੀ ਉਹਦੇ ਉੱਤੇ ਈਮੇਲ ਕੀਤੀ ਕਿ ਤੁਸੀਂ ਆਪਦੇ ਫੰਡਸ ਜਿਹੜੇ ਨੇ ਸਾਨੂੰ ਜਸਟੀਫਾਈ ਕਰਦੇ ਵੀ ਆਰ ਗੋਇੰਗ ਟੂ ਗਿਵ ਯੂ 30 ਡੇਜ਼ ਅਦਰਵਾਈਜ਼ ਵੀ ਆਰ ਗੋਇੰਗ ਟੂ ਪੁੱਟ ਅ ਬੈਨ ਔਨ ਯੂ। ਤੇ ਉਸ ਈਮੇਲ ਨੂੰ ਉਸ ਫੇਕ ਈਮੇਲ ਆਈਡੀ ਉੱਤੇ ਜਿਹੜੀ ਓਰਿਜਿਨਲ ਈਮੇਲ ਆਈ ਸੀ ਫਰੋਮ ਹਾਈ ਕਮਿਸ਼ਨ ਦੈਟ ਹੈਜ਼ ਬੀਨ ਇਗਨੋਰਡ ਬਾਏ ਦਾ ਏਜੰਟ ਬਾਏ ਦਾ ਗੋਸਟ ਏਜੰਟ ਜਿਨ੍ਹਾਂ ਨੂੰ ਆਪਾਂ ਕਹੀਏ ਉਹਨਾਂ ਨੇ ਪੂਰਾ ਉਹਨਾਂ ਨੂੰ ਇਗਨੋਰ ਕਰ ਦਿੱਤਾ ਐਂਡ ਉਹਦਾ ਰਿਜ਼ਲਟ ਇਹ ਆਇਆ ਕਿ ਬੱਚੇ ਦੇ ਜੈਨੂਇਨ ਫੰਡ ਸੀ ਔਰ ਉਹਨਾਂ ਉਹ ਜਿਹੜੇ ਜੈਨੂਇਨ ਫੰਡ ਸੀ ਅਰਾਊਂਡ 16 ਲੱਖ ਰੁਪੀਜ਼ ਔਰ ਉਹ ਜਸਟੀਫਾਈ ਨਹੀਂ ਕਰ ਪਾਏ ਐਂਡ ਐਟ ਦ ਐਂਡ ਆਫ ਦ 30 ਡੇਜ਼ ਉਹਨਾਂ ਦਾ ਵੀਜ਼ਾ ਜਿਹੜਾ ਰਿਫਿਊਜ਼ ਹੋ ਜਾਂਦਾ ਹੈ। ਫੰਡਸ ਦੇ ਬਾਰੇ ਸ਼ੱਕ ਤਾਂ ਪੈਦਾ ਹੋ ਗਿਆ, ਫੰਡਸ ਵਿੱਚ ਕੀ ਪ੍ਰੋਬਲਮ ਸੀ? ਸਰ ਫੰਡਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ। ਬੇਸਿਕਲੀ ਜੋ ਸਟੂਡੈਂਟ ਵੀਜ਼ਾ ਕੈਨੇਡਾ ਦਾ ਹੁੰਦਾ ਹੈ ਮੋਸਟਲੀ ਜਿਹੜੇ ਹਰ ਐਪਲੀਕੇਸ਼ਨ ਲੱਗਦੀ ਹੈ ਦੈਟ ਹੈਜ਼ ਬੀਨ ਡਨ ਬਾਈ ਫੀ ਐਂਡ ਜੀ ਆਈ ਸੀ ਓਨਲੀ। ਫੀਸ ਜਿਹੜੀ ਹੈ ਕਾਲਜ ਨੂੰ ਪੇ ਕਰਕੇ ਸਿੱਧਾ ਨਾਲ ਲੱਗ ਜਾਂਦੀਆਂ ਨੇ ਤੇ ਜੀ ਆਈ ਸੀ ਕਾਲਜ ਨੂੰ ਜੀ ਆਈ ਸੀ ਦੇ ਅਕਾਊਂਟ ਵਿੱਚ ਡਿਪੋਜ਼ਿਟ ਕਰਕੇ ਉਹਦੀ ਰਿਸਿਪਟ ਨਾਲ ਲੱਗ ਜਾਂਦੀ ਹੈ ਕਿ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੇ ਫੰਡ ਸਾਡੇ ਆਲਰੇਡੀ ਅਸੀਂ ਪੇ ਕਰਕੇ ਰਿਸਿਪਟ ਨਾਲ ਅਟੈਚ ਕਰ ਦਿੱਤੀਆਂ। ਐਂਡ ਇਨ ਦੈਟ ਕੇਸ ਸ਼ਾਇਦ ਕਿਸੇ ਕਾਲਜ ਉਹ ਪ੍ਰਾਈਵੇਟ ਸੀ ਤੇ ਪ੍ਰਾਈਵੇਟ ਕਾਲਜ ਹੋਣ ਦੇ ਨਾਤੇ ਉਹਨਾਂ ਨੇ ਇਟ ਵਾਜ ਟੋਲਡ ਟੂ ਦਾ ਕਲਾਇੰਟ ਬਾਈ ਦੈਟ ਏਜੰਟ ਓਨਲੀ ਕਿ ਤੁਸੀਂ ਫੰਡ ਸ਼ੋ ਕਰ ਦਿਓ ਇਨਸਟੈਡ ਆਫ ਜੀ ਆਈ ਸੀ ਡੂਇੰਗ ਜੀ ਆਈ ਸੀ ਐਂਡ ਆਲ ਦੈਟ। ਸਟੂਡੈਂਟ ਦੇ ਫਾਦਰ ਨੇ ਕਾਫੀ ਜ਼ੋਰ ਵੀ ਪਾਇਆ ਸੀ ਵੀ ਤੁਸੀਂ ਫੰਡ ਸਾਡੇ ਸ਼ੋ ਨਾ ਕਰੋ, ਅਸੀਂ ਜੀ ਆਈ ਸੀ ਐਂਡ ਫੀ ਪੇ ਕਰ ਦਿੰਦੇ ਹਾਂ। ਜਦਕਿ ਉਹ ਏਜੰਟ ਦਾ ਕਹਿਣਾ ਸੀ ਕਿ ਨਹੀਂ ਜੀ ਜੇ ਤੁਹਾਡਾ ਵੀਜ਼ਾ ਆਏਗਾ ਤੇ ਤੁਹਾਡਾ ਇਸੇ ਸੂਰਤ ਵਿੱਚ ਵੀਜ਼ਾ ਆਏਗਾ, ਅਦਰਵਾਈਜ਼ ਤੁਹਾਡਾ ਵੀਜ਼ਾ ਨਹੀਂ ਆਏਗਾ। ਇਹ ਰੀਜ਼ਨ ਸੀ ਵੀ ਉਹਨਾਂ ਨੇ ਜਿਹੜੇ ਫੰਡਸ ਆਪਣੇ ਕੰਪਲੀਟ ਸ਼ੋ ਕੀਤੇ 16 ਲੱਖ ਰੁਪੀਜ਼ ਇਨ ਦੇਅਰ ਅਕਾਊਂਟ ਇਨ ਦਾ ਅਕਾਊਂਟ ਆਫ ਸਟੂਡੈਂਟ। ਤੇ ਉਹ ਜਿਹੜੇ ਫੰਡਸ ਨੇ ਬਕਾਇਦਾ ਅੱਜ ਵੀ ਉਹਨਾਂ ਦੀ ਹਿਸਟਰੀ ਨਿਕਾਲੀ ਜਾ ਸਕਦੀ ਹੈ ਫਰੋਮ ਦੈਟ ਡੇ ਟੂ ਟਿਲ ਦਾ ਵੀਜ਼ਾ ਵਾਜ ਨਾਟ ਦੇਅਰ। ਉਹਨਾਂ ਦੇ ਫੰਡਸ ਇੰਟੈਕਟ ਉੱਥੇ ਪਏ ਹੋਏ ਸੀ ਐਂਡ ਦੇਰ ਵਾਜ ਨੋ ਮਿਸਰੈਪਰੈਜ਼ੈਂਟੇਸ਼ਨ ਆਫ ਦਾ ਫੰਡਸ। ਕਿਤੇ ਫੇਕ ਪੇਪਰ ਜਾਂ ਫੇਕ ਡਾਕੂਮੈਂਟ ਨਹੀਂ ਲੱਗਿਆ ਹੋਇਆ ਸੀ ਉਹਨਾਂ ਦਾ, ਉਹ ਅੱਜ ਵੀ ਸ਼ੋਅ ਕਰਨ ਲਈ ਤਿਆਰ ਨੇ। ਸੋ ਜਦ ਇਹਨਾਂ ਨੂੰ ਲੈਟਰ ਆਇਆ ਕਿ ਵੀ ਤੁਸੀਂ 30 ਡੇਜ਼ ਵਿੱਚ ਡਿਸਕ੍ਰਾਈਬ ਕਰੋ ਤੇ ਏਜੰਟ ਨੇ ਤੇ ਈਮੇਲ ਖੋਲੀ ਨਹੀਂ ਜਾਂ ਡਿਸਟਰੋਏ ਕਰਤੀ ਜਾਂ ਨਹੀਂ ਦੇਖੀ, ਜੋ ਵੀ ਕੁਝ ਹੈ ਉਹ ਖਤਮ ਹੋ ਗਿਆ ਖੇਲ, ਤੇ ਇਸ ਏਜੰਟ ਨੇ ਸਟੂਡੈਂਟ ਨੂੰ ਦੱਸਿਆ ਕਿ ਵੀ ਤੁਹਾਡੇ ਇਸ ਤਰ੍ਹਾਂ ਇਨਕੁਆਇਰੀ ਆਈ ਸੀ ਕਿ ਨਹੀਂ? ਸਰ ਬੜੀ ਇੰਟਰਸਟਿੰਗ ਗੱਲ ਹੈ ਜੀ, ਇਨਸਾਨ ਦਾ ਆਪਾਂ ਗੁਰੂ ਨਾਨਕ ਦੇਵ ਜੀ ਦੇ 550 ਇਅਰ ਸੈਲੀਬ੍ਰੇਟ ਕੀਤੇ ਆ। ਇਨਸਾਨ ਦਾ ਇਨਸਾਨ ਦੇ ਉੱਤੋਂ ਰਿਸ਼ਤਾ ਜਿਹੜਾ ਹੈ ਇੱਕ ਤਰੀਕੇ ਦਾ ਤੋੜਨ ਨਹੀਂ, ਇੱਕ ਤੋਂ ਤਾਂ ਹੁੰਦਾ ਰਿਸ਼ਤਾ ਤੋੜ ਦੇਣਾ, ਇੱਕ ਹੁੰਦਾ ਰਿਸ਼ਤੇ ਨੂੰ ਤਾਰ ਤਾਰ ਕਰ ਦੇਣਾ। ਇਨਸਾਨ ਨੇ ਉਸ ਇਨਸਾਨ ਨੇ ਉਸ ਏਜੰਟ ਨੇ ਉਸ ਬੱਚੇ ਦਾ ਫਿਊਚਰ ਰਿਵਨ ਕਰ ਦਿੱਤਾ ਔਰ ਉਸਨੂੰ ਸਾਫ਼ ਕਹਿ ਦਿੱਤਾ ਵੀ ਜਿਹੜੀ ਤੇਰੀ ਜੋ ਤੇਰੀ ਰਿਫਿਊਜ਼ਲ ਆਈ ਹੈ ਐਮਬੈਸੀ ਵੱਲੋਂ ਉਹਦੇ ਚ ਇਹ ਉਹਨਾਂ ਨੇ ਲਿਖਿਆ ਕਿ ਯੂ ਕੈਨ ਅਪਲਾਈ ਯੋਰ ਐਪਲੀਕੇਸ਼ਨ ਅਗੇਨ। ਉਸ ਏਜੰਟ ਨੇ ਉਹਨਾਂ ਦੀ ਰਿਫਿਊਜ਼ਲ ਨੂੰ ਰੀਫੈਬਰੀਕੇਟ ਕਰਕੇ ਓਰਿਜਿਨਲ ਰਿਫਿਊਜ਼ਲ ਹਾਇਰ ਕਰ ਦਿੱਤੀ ਐਂਡ ਉਸ ਬੱਚੇ ਨੂੰ ਦੇ ਦਿੱਤਾ। ਉਸ ਬੱਚੇ ਨੂੰ ਇਹੀ ਸੀ ਵੀ ਚਲੋ ਮੈਂ ਦੁਬਾਰਾ ਆਪਣਾ ਕੇਸ ਲਗਾ ਲਾਂਗਾ, ਪਰ ਬਾਏ ਦਾ ਟਾਈਮ ਕਿਸੇ ਅੱਛੇ ਏਜੰਟ ਦੇ ਕੋਲੋਂ ਚਲਾ ਗਿਆ। ਉਸ ਏਜੰਟ ਨੇ ਉਹਨੂੰ ਕਹਿ ਦਿੱਤਾ ਵੀ ਤੁਸੀਂ ਕਿਉਂ ਨਾ ਤੁਸੀਂ ਕੇਸ ਨੋਟ ਫਾਈਲ ਕਰ ਦਿਓ, ਮੀਨ ਟਾਈਮ ਅਸੀਂ ਕਾਲਜ ਨੂੰ ਫੀਸ ਪੇ ਕਰਦੇ ਨੇ ਯੂਨੀਵਰਸਿਟੀ ਨੂੰ ਤੇ ਐਂਡ ਤੁਹਾਡੀ ਜੀ ਆਈ ਸੀ ਕਰ ਦਿੰਦੇ ਹਾਂ। ਐਂਡ ਬਾਏ ਦਾ ਟਾਈਮ ਜੀ ਆਈ ਸੀ ਵਾਜ ਡਨ, ਦ ਫੀ ਆਫ ਦਾ ਯੂਨੀਵਰਸਿਟੀ ਹੈਜ਼ ਬੀਨ ਡਨ। ਉਸੇ ਦੌਰਾਨ ਉਹਨਾਂ ਦਾ ਇੱਕ ਜਿਹੜਾ ਕੇਪਸ ਨੋਟ ਫਾਈਲ ਕੀਤੇ ਹੋਏ ਸੀ ਉਹਦਾ ਰਿਜ਼ਲਟ ਆ ਜਾਂਦਾ ਹੈ ਐਂਡ ਉਸ ਰਿਜ਼ਲਟ ਵਿੱਚ ਸਾਫ਼ ਲਿਖਿਆ ਜਾਂਦਾ ਹੈ ਕਿ ਯੂ ਹੈਵ ਬੀਨ ਬੈਂਡ ਫੋਰ ਨੈਕਸਟ 4 ਈਅਰਸ ਡਿਊ ਟੂ ਦਿਸ ਰੀਜ਼ਨ, ਤੁਸੀਂ ਆਪਣੇ ਫੰਡ ਜਿਹੜੇ ਸਾਨੂੰ ਜਸਟੀਫਾਈ ਨਹੀਂ ਕੀਤੇ ਸੀਗੇ, ਵੀ ਫਾਈਂਡ ਦੈਮ ਫੇਕ। ਦੋ ਸਵਾਲ ਉਭਰ ਕੇ ਆ ਰਹੇ ਇੱਥੇ, ਇੱਕ ਤੇ ਇੱਥੇ ਏਜੰਟ ਦੀ ਸ਼ਰਾਰਤ, ਏਜੰਟ ਦੀ ਚਲਾਕੀਆਂ, ਆਈ ਐਮ ਸ਼ੋਰ ਕਿ ਉਹਨਾਂ ਦੇ ਖਿਲਾਫ਼ ਕੋਈ ਕੰਪਲੇਨ ਕਰੇਗਾ ਤੇ ਮੇਰੇ ਖਿਆਲ ਇੰਡੀਆ 'ਚ ਕੋਈ ਸੁਣਵਾਈ ਨਹੀਂ ਹੋਣੀ ਕਿ ਏਜੰਟ ਨੇ ਕੀ ਕੀਤਾ ਕੁਛ ਨਹੀਂ, ਸਾਰਾ ਕੇਸ ਮਾਮਲਾ ਦੱਬ ਜਾਏ ਨਾ ਉਸ ਤਰ੍ਹਾਂ ਹੀ।
ਜੇਕਰ ਮਿਸਰੈਪ੍ਰੈਜ਼ੈਂਟੇਸ਼ਨ ਲੱਗ ਗਿਆ ਹੁਣ 60 ਡੇਜ਼ ਦੇ ਬਾਅਦ ਕੋਈ ਆਪਸ਼ਨ ਨਹੀਂ ਹੈ ਕਿ ਫੈਡਰਲ ਕੋਰਟ ਤੇ ਜਾ ਕੇ ਤੁਸੀਂ ਗੋਆ ਖੜਕਾ ਕੇ ਤੁਸੀਂ ਉਹਨਾਂ ਨੂੰ ਜੁਡੀਸ਼ੀਅਲ ਰਿਵਿਊ ਕਰੋ, ਇਟਸ ਨਾਟ ਗੋਇੰ ਟੂ ਹੈਪਨ ਬਿਕੋਜ਼ 60 ਡੇਜ਼ ਇਜ਼ ਦਾ ਲਿਮਿਟ। ਤੀਸਰਾ, ਅਗਰ ਜੇ ਬਾਈ ਚਾਂਸ ਅਗਰ ਟਾਈਮ ਵੀ ਹੁੰਦਾ ਫਿਰ ਵੀ ਜਿਹੜੇ ਫੈਡਰਲ ਕੋਰਟ ਵਾਲੇ ਜੱਜਸ ਨੇ ਉਹਨਾਂ ਦੇ ਇੱਕ ਪੁਰਾਣੇ ਪ੍ਰੈਸੀਡੈਂਟ ਹੈ ਕਿ ਅਗਰ ਜੇ ਗਲਤੀ ਤੁਹਾਡੇ ਥਰੂ ਹੋਈ ਹੈ, ਤੁਹਾਡੇ ਕਿਸੇ ਏਜੰਟ ਥਰੂ ਹੋਈ ਹੈ, ਈਵਨ ਦੋ ਲੀਗਲ ਔਰ ਇਲੀਗਲ ਏਜੰਟ, ਯੂ ਆਰ ਰਿਸਪੋਂਸਿਬਲ। ਮਤਲਬ ਕਿ ਤੁਹਾਡੇ ਨਾਮ ਤੇ ਐਪਲੀਕੇਸ਼ਨ ਹੈ, ਤੁਸੀਂ ਸਾਈਨ ਕੀਤਾ, ਯੂ ਆਰ ਰਿਸਪੋਂਸਿਬਲ ਫੋਰ ਦ ਏਰਰ। ਸੋ ਇਸ ਕਰਕੇ ਉਹ ਕੁਛ ਹੋਣਾ ਨਹੀਂ। ਲੇਕਿਨ ਮੇਰਾ ਸਵਾਲ ਕਿਰਿਓਸਿਟੀ ਵਾਲਾ ਇਹ ਹੈ ਕਿ ਵੀ ਉਹਨਾਂ ਨੂੰ ਫੰਡਸ ਵਿੱਚ ਕਿਸ ਤਰ੍ਹਾਂ ਦੀ ਪ੍ਰੋਬਲਮ ਉਹਨਾਂ ਨੂੰ ਨਜ਼ਰ ਆ ਗਈ ਕਿ ਫੰਡਸ ਵਿੱਚ ਇਹ ਨਕਲੀ ਫੰਡਸ ਹੈ, ਜਾਂ ਤੇ ਹੋ ਸਕਦਾ ਕਿ ਐਮਬੈਸੀ ਦੀ ਪਾਲਿਸੀ ਹੈ ਕਿ ਵੀ ਤੁਸੀਂ ਇੱਕ ਸਾਲ ਦੀ ਫੀਸ ਜਮ੍ਹਾਂ ਕਰੋ ਜਾਂ GST ਕਰੋ ਤਾਂ ਅਸੀਂ ਤੁਹਾਨੂੰ ਵੀਜ਼ਾ ਦੇਵਾਂਗੇ। ਫੰਡਸ ਸ਼ੋ ਕਰਕੇ ਵੀ ਕੁਛ ਨਹੀਂ ਹੋਣ ਵਾਲਾ, ਮੇਰੇ ਖਿਆਲ ਵੀਜ਼ਾ ਮਿਲਦਾ ਨਹੀਂ ਸ਼ਾਇਦ। ਬਿਲਕੁਲ ਸਰ, ਇਹ ਨਾ ਇਹ ਡੂ ਡੂ ਐਜ਼ ਡਾਇਰੈਕਟਡ ਵਾਲਾ ਕੰਮ ਹੈ। ਏਜੰਟ ਜਿਹੜੇ ਕਿ ਇੰਨਾ ਕੁ ਝੂਠ ਬੋਲਦੇ ਨੇ, ਇਹ ਜਿਹੜੇ ਸਟੂਡੈਂਟ ਵੀਜ਼ਾ ਕਾਉਂਸਲਰਸ ਆਪਣੇ ਆਪ ਨੂੰ ਕਹਿੰਦੇ ਨੇ ਔਰ ਗੋਰਖ ਧੰਦਾ ਚਲਾ ਰੱਖਿਆ ਇਹਨਾਂ ਨੇ, ਕਿਸੇ ਵੀ ਸਟੂਡੈਂਟ ਦੀ ਕਮਜ਼ੋਰ ਕਰੀ ਨੂੰ ਉਹਨੂੰ ਉਹਨੂੰ ਪਕੜ ਕੇ ਉਹਨੂੰ ਇੰਨਾ ਕੁ ਜ਼ਰਾ ਦਬਾ ਦੇਣਗੇ ਕਿ ਸਟੂਡੈਂਟ ਦੇ ਪੇਰੈਂਟਸ, ਉਹਨਾਂ ਦੇ ਵਾਰਡਨ ਜਿਹੜੇ ਨੇ, ਉਹ ਮਜਬੂਰ ਹੋ ਜਾਂਦੇ ਨੇ ਕਿ ਉਹਨਾਂ ਦੇ ਕਹੇ ਤੇ ਹੀ ਚੱਲਣ। ਫੋਰ ਐਗਜ਼ਾਮਪਲ, ਇਸ ਬੱਚੇ ਦੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਸ ਬੱਚੇ ਦਾ ਹੀ ਹੇਲਸ ਫਰੋਮ ਦ ਮਲੋਟ ਡਿਸਟ੍ਰਿਕਟ, ਮਲੋਟ ਤੋਂ ਸੀ ਔਰ ਮਲੋਟ ਇਜ਼ ਨੋਟ ਦੈਟ ਆਪਾਂ ਕਹੀਏ ਵੀ ਐਡਵਾਂਸ ਸਿਟੀ ਹੈਗਾ ਆਪਣੇ ਪੰਜਾਬ ਦਾ। ਮਲੋਟ ਵਿੱਚ ਉਹਨਾਂ ਨੂੰ ਇਹ ਸੀ ਕਿ ਚਲੋ ਬੱਚੇ ਨੇ 2 ਜਾਂ 3 ਸਾਲ ਦਾ ਗੈਪ ਹੈ, ਐਂਡ ਕਿਉਂ ਨਾ ਇਹਦਾ ਕੇਸ ਪਲੱਸ ਟੂ ਦੇ ਬੇਸਿਸ ਦੇ ਉੱਤੇ ਲਗਾ ਦਿੱਤਾ ਜਾਵੇ ਵੀ ਜਿਹੜੀ ਜੋ ਵੀ ਉਹਨੇ ਸਪਲੀਜ਼ ਆਈਆਂ ਹੋਈਆਂ ਉਹਦੀਆਂ ਜਾਂ ਉਹਦੀ ਗ੍ਰੈਜੂਏਸ਼ਨ, ਉਹਨੂੰ ਹਾਈਡ ਕਰ ਦਿੱਤਾ ਜਾਵੇ। ਤੋ ਇਹ ਜੋੜ ਤੋੜ ਉਹਨਾਂ ਨੇ ਕੀਤੀ ਸੀ ਸਰ ਇਸ ਕੇਸ ਵਿੱਚ, ਤੇ ਦੈਟ ਇਜ਼ ਆਲ ਡਨ ਬਾਈ ਦ ਏਜੰਟ ਓਨਲੀ, ਕਿਉਂਕਿ ਸਰ ਸਟੂਡੈਂਟ ਜਾਂ ਸਟੂਡੈਂਟ ਦੇ ਪੇਰੈਂਟਸ ਉਹਨਾਂ ਚੀਜ਼ਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਮੈਂ ਆਪਣੇ ਬੱਚੇ ਦੀ ਗ੍ਰੈਜੂਏਸ਼ਨ ਸ਼ੋਅ ਕਰਾਂ, ਕੀ ਮੈਂ ਆਪਣੇ ਬੱਚੇ ਦੀ ਪਲੱਸ ਟੂ ਸ਼ੋਅ ਕਰਾਂ। ਡੂ ਐਜ਼ ਡਾਇਰੈਕਟਡ ਹੁੰਦਾ ਸਰ, ਕਲੀਅਰ ਕੱਟ ਜੋ ਮੈਂ ਦੱਸਾਂਗਾ ਜੀ ਉਹੀ ਸੱਚ ਹੈ, ਐਂਡ ਉਹੀ ਐਮਬੈਸੀ ਦਾ ਲਾਅ ਹੈ, ਐਂਡ ਉਹੀ ਸਾਰਾ ਕੁਛ ਹੈ। ਸੋ ਸੋ ਇਟ ਇਜ਼ ਅ ਸ਼ੀਅਰ ਕੇਸ ਆਫ ਮਿਸਰੈਪ੍ਰੈਜ਼ੈਂਟੇਸ਼ਨ ਬਾਏ ਦ ਹੋਸਟ ਏਜੰਟਸ ਜਿਹੜੇ ਵੀ ਨੇ ਆਪਣੇ ਬੈਠੇ ਕੰਮ ਕਰ ਰਹੇ ਨੇ, ਸਟੂਡੈਂਟ ਵੀਜ਼ਾ ਐਕਸਪਰਟ, ਸਟੂਡੈਂਟ ਵੀਜ਼ਾ ਕਾਉਂਸਲਰਸ, ਪਤਾ ਨਹੀਂ ਕਿਹੜੇ ਕਿਹੜੇ ਨਾਮ ਆਪਣੇ ਇਹ ਇਹਨਾਂ ਨੂੰ ਤਮਗੇ ਦੇ ਦਿੰਦੇ ਨੇ ਆਪਣੇ ਆਪ ਨੂੰ ਸਰ, ਐਂਡ ਦੇ ਆਰ ਡੂਇੰਗ ਬੁਲਸ਼ਿਟ ਫਾਰ ਦੀਸ ਸਟੂਡੈਂਟਸ ਜਿਹੜੇ ਬਾਹਰ ਜਾ ਕੇ ਆਪਣਾ ਸਟੱਡੀ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਦੇ ਬਹੁਤ ਕੇਸਿਸ ਹੈ ਪੰਜਾਬ 'ਚ ਜਿਹੜੇ ਇਸ ਤਰ੍ਹਾਂ ਦੇ ਮਿਸਰੈਪ੍ਰੈਜ਼ੈਂਟੇਸ਼ਨ ਹੋ ਰਹੇ ਹੈ, ਲੇਕਿਨ ਕੋਈ ਸੁਣਵਾਈ ਨਹੀਂ ਕਿਸੇ ਦੀ, ਕੋਈ ਕਿਸੇ ਨੂੰ ਕੰਪਲੇਨ ਕੋਈ ਕਰਨ ਵਾਲਾ ਨਹੀਂ ਹੈ, ਨਾ ਕੋਈ ਮੁਆਵਜ਼ਾ ਹੈ ਉਸ ਚੀਜ਼ ਦਾ, ਨਾ ਕੁਛ ਹੈ। ਬਸ ਅਗਲਾ 5 ਸਾਲ ਲਈ ਬਲੈਕਲਿਸਟਡ ਹੋ ਗਿਆ। ਹੁਣ ਏਜੰਟ ਨੇ ਕੀ ਉਹਦਾ ਉਹਨਾਂ ਨੇ ਕੋਈ ਜਵਾਬ ਦਿੱਤਾ ਹੁਣ ਕਿ ਨਹੀਂ, ਬਸ ਬੰਦ ਹੋ ਗਿਆ ਉਹਨਾਂ ਦੇ ਫੋਨ ਆਨੇ? ਸਰ ਦੇਖੋ, ਏਜੰਟ ਤਾਂ ਹੁਣ ਫੋਨ ਨਹੀਂ ਚੱਕ ਰਿਹਾ, ਐਂਡ ਏਜੰਟ ਮਿਲਦਾ ਵੀ ਨਹੀਂ ਹੈ ਉੱਥੇ ਜਾ ਕੇ। ਇੱਕ ਟਰੈਵਲ ਏਜੰਟ ਦੀ ਬੜੀ ਅੱਛੀ ਖਾਸੀਅਤ ਹੈ ਸਰ, ਇਹਨੂੰ ਕੋਈ ਵੀ ਬੰਦਾ ਨਹੀਂ ਮਿਲ ਸਕਦਾ, ਇਹਨੂੰ ਰੱਬ ਵਰਗੇ ਦਰਸ਼ਨ ਹੋ ਜਾਂਦੇ ਨੇ ਟਰੈਵਲ ਏਜੰਟਸ ਦੇ। ਸਟੂਡੈਂਟ ਵੀਜ਼ਾ ਜਿਹੜੇ ਡੀਲ ਕਰਦੇ ਨੇ ਖਾਸ ਕਰਕੇ ਇਹਨਾਂ ਲੋਕਾਂ ਦਾ, ਜਿਹੜੇ ਜਿਸ ਬੱਚੇ ਦਾ ਤਾਂ ਰਿਫਿਊਜ਼ ਹੋ ਗਿਆ, ਉਸ ਬੱਚੇ ਦੀ ਤਾਂ ਕੋਈ ਸੁਣਵਾਈ ਨਹੀਂ ਹੈ, ਨਾ ਉਹ ਉਸ ਮਾਲਕ ਨੇ ਉੱਥੇ ਮਿਲਣਾ ਉਹਨਾਂ ਨੂੰ ਵੀ ਤੂੰ ਸਾਨੂੰ ਆ ਕੇ ਮਿਲ ਸਕਦਾ, ਜਾਂ ਅਸੀਂ ਤੈਨੂੰ ਚੱਲ ਥੋੜੀ ਜਿਹੀ ਵਟ ਐਵਰ ਦ ਥਿੰਗਸ ਆਰ, ਅਸੀਂ ਤੇਰਾ ਕੇਸ ਦੁਬਾਰਾ ਲਗਾ ਦਾਂਗੇ, ਇਸ ਤਰੀਕੇ ਦਾ ਕੁਛ ਨਹੀਂ ਹੁੰਦਾ ਇਨ ਇਨ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ। ਉਹ ਕਹਿੰਦੇ ਨੇ ਜੀ ਵੀਜ਼ਾ ਰਿਜੈਕਟ ਹੈ, ਤੁਸੀਂ ਆਪਣਾ ਬੋਰੀਆ ਪਿਸਕਾ ਚੱਕੋ ਤੇ ਜਾਓ ਇਧਰੋਂ, ਵੀ ਕਾਂਟ ਹੈਂਡਲ ਯੋਰ ਕੇਸ ਐਨੀ ਮੋਰ ਨਾਓ। ਮੇਰੇ ਸਾਫ ਇਹੀ ਸਪਸ਼ਟ, ਜਿਹੜੀ ਕੁੜੀ ਬਿਠਾਈ ਹੁੰਦੀ ਹੈ ਫਰੰਟ ਡੈਸਕ ਦੇ ਉੱਤੇ ਸਰ, ਉਹਦੇ ਇਹੀ ਲਫ਼ਜ਼ ਹੁੰਦੇ ਨੇ, ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ, ਤੁਹਾਨੂੰ 15 ਦਿਨ ਬਾਅਦ ਰਿਜੈਕਸ਼ਨ ਲੈਟਰ ਆ ਜਾਏਗਾ ਤੇ ਤੁਸੀਂ ਥਰੂ ਈਮੇਲ ਆਪਣੀ ਚੈੱਕ ਕਰ ਲੈਣਾ। ਵੀ ਡੋਂਟ ਨਾਟ ਹੈਵ ਐਨੀ ਡਾਕੂਮੈਂਟਸ ਐਂਡ ਵੀ ਆਰ ਨਾਟ ਗੋਇੰਗ ਟੂ ਐਂਟਰਟੇਨ ਯੂ ਐਨੀ ਮੋਰ। ਬੜੀ ਦੁਰਦਸ਼ਾ ਹੈ ਐਕਚੁਅਲੀ ਇਸ ਇੰਡਸਟਰੀ ਦੀ। ਐਂਟਰ ਇਹਦੇ ਵਿੱਚ ਐਂਡ ਹਿਊਜ ਮਨੀ ਇਜ਼ ਇਨਵੋਲਵਡ ਇਨ ਇਟ। ਕਮ ਸੇ ਕਮ ਤੁਸੀਂ 18 ਤੋਂ 20 ਲੱਖ ਰੁਪਏ ਦੇ ਤੁਸੀਂ ਮਨੀ ਨੂੰ ਤੁਸੀਂ ਕਾਊਂਟ ਕਰ ਸਕਦੇ ਹੋ ਫੋਰ GIC ਐਂਡ ਫੋਰ ਦੀਸ ਵਾਟ ਯੂ ਕਾਲ ਦਿਸ ਦ ਫੀ ਆਫ ਦ ਯੂਨੀਵਰਸਿਟੀ। ਸੋ ਟੋਟਲ ਇਜ਼ ਲਾਈਕ 18 to 20 lakh ਰੁਪੀਜ਼, ਐਂਡ ਜਦੋਂ ਡਾਲਰ ਖਰੀਦਿਆ ਜਾਂਦਾ ਉਦੋਂ ਰੇਟ ਹੋਰ ਹੁੰਦਾ ਹੈ, ਜਦੋਂ ਫੀਸ ਬੱਚੇ ਦੀ ਵਾਪਸ ਆਉਂਦੀ ਉਦੋਂ ਰੇਟ ਕੁਛ ਹੋਰ ਹੁੰਦਾ ਹੈ, ਐਂਡ ਕਦੇ ਵੀ ਨਹੀਂ ਹੋਇਆ ਵੀ ਡਾਲਰ ਘੱਟ ਤੇ ਖਰੀਦਿਆ ਗਿਆ ਹੋਵੇ ਔਰ ਜ਼ਿਆਦਾ ਦੀ ਫੀਸ ਵਾਪਸ ਆਉਂਦੀ ਹੋਵੇ। ਅਨਦਰ ਥਿੰਗ ਇਜ਼ ਫੀਸ ਟੇਕਸ ਆਲਮੋਸਟ 6 ਮਹੀਨੇ, 3 to 6 months ਲੱਗਦੇ ਨੇ ਜੀ ਇਹਨਾਂ ਨੂੰ ਫੀਸ ਨੂੰ ਵਾਪਸ ਮੰਗਾਉਣ ਲੱਗਿਆ। ਵੀ ਮਸਟ ਕੈਲਕੂਲੇਟ ਦੈਟ 6 months ਡਿਊਰੇਸ਼ਨ ਦਾ ਜਿਹੜਾ ਇੰਟਰਸਟ ਹੈ ਆਪਾਂ ਨੂੰ ਉਸ 18 ਲੱਖ ਦੀ ਅਮਾਊਂਟ ਦੇ ਉੱਤੇ, ਵੀ ਮਸਟ ਕਾਊਂਟ ਦੈਟ ਇੰਟਰਸਟ ਆਲਸੋ। ਸੋ ਦ ਸਟੂਡੈਂਟ ਐਂਡ ਦ ਵਾਰਡ ਆਫ ਦ ਸਟੂਡੈਂਟ ਦੇ ਆਰ ਇਨ ਟੂ ਅ ਹਿਊਜ ਲੋਸ ਜੇ ਇੱਕ ਇਸ ਤਰੀਕੇ ਦੀ ਬੇਕਾਰ ਗਲਤੀ ਜਿਹੜੀ ਹੈ ਕਿ ਆਈ ਕਾਂਟ ਈਵਨ ਕਾਊਂਟ ਦਿਸ ਐਜ਼ ਅ ਗਲਤੀ ਆਲਸੋ, ਜਿਹਦੇ ਚ ਆ ਕੇ ਆਪਣਾ। ਪਰ ਇਸ ਤਰ੍ਹਾਂ ਦੇ ਟੌਪਿਕ 'ਚ ਨਾ ਕਈ ਵਾਰ ਮੈਂ ਛੋਟੀ ਛੋਟੀ ਵੀਡੀਓ ਵੀ ਬਣਾ ਚੁੱਕਿਆ ਕਿ ਜਦ ਤੁਸੀਂ ਵੀ ਕਿਸੇ ਵੀ ਟਰੈਵਲ ਏਜੰਟ ਨੂੰ ਹਾਇਰ ਕਰਦੇ ਹੋ, ਸਟੱਡੀ ਏਜੰਟ, ਟਰੈਵਲ ਏਜੰਟ ਜਾਂ ICCRC ਏਜੰਟ, ਲੋਇਰ ਵਗੈਰਾ, ਅਗਰ ਉਹ
ਆਪਣੀ ਇੱਕ ਕੋਈ ਸਪੈਸ਼ਲ ਆਈਡੀ ਬਣਾ ਕੇ, ਯੂਜ਼ਰ ਨੇਮ ਪਾਸਵਰਡ ਬਣਾ ਕੇ, ਸਪੈਸ਼ਲੀ ਬਣਾ ਕੇ ਉਸ ਆਈਡੀ ਨੂੰ ਮੈਨੀਪੁਲੇਟ ਕਰ ਰਹੇ ਕਿ ਡੈਟ ਮੀਨਸ ਕਿ ਉਹ ਕੰਟਰੋਲ ਕਰ ਰਹੇ ਤੁਹਾਨੂੰ ਨਹੀਂ ਸ਼ੇਅਰ ਕਰਦੇ, ਉੱਥੇ ਹੀ ਇੱਕ ਖਤਰੇ ਦਾ ਇੱਕ ਨਿਸ਼ਾਨ ਸ਼ੁਰੂ ਹੋ ਜਾਂਦਾ ਕਿ ਵੀ ਮੇਰੇ ਨਾਲ ਕੁਛ ਵੀ ਹੋ ਸਕਦਾ। ਸਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਸ ਤਰੀਕੇ ਦਾ ਤੁਸੀਂ ਕੁਛ ਹੋਰ ਵੀ ਵੀਡੀਓਜ਼ ਪਾਈਆਂ ਸੀ, ਲਾਈਕ ਫੋਰ ਦ ਕੇਪਸ ਨੋਟਸ, ਹਾਊ ਟੂ ਅਪਲਾਈ ਦਾ ਕੇਪ ਨੋਟਸ। ਮੈਂ ਹੈਰਾਨ ਸੀ, ਜਿੰਨੇ ਵੀ ਸਪਾਊਸ ਵੀਜ਼ਾ ਦੇ ਆਉਂਦੇ ਨੇ ਉਹਨਾਂ ਦੀ ਵਾਈਫ ਨੂੰ ਨਹੀਂ ਪਤਾ ਹੁੰਦਾ ਕਿ ਹਾਊ ਟੂ ਫਾਈਲ ਦਾ ਕੇਪਸ ਨੋਟ। ਉਹਨਾਂ ਨੂੰ ਬਕਾਇਦਾ ਵੀਡੀਓ ਸੈਂਡ ਕਰ ਦਿੰਦਾ ਮੈਂ, ਜਾਂ ਤੁਹਾਡੀ ਵੀਡੀਓ ਦੇਖ ਲੈਂਦੇ ਨੇ, ਜਾਂ ਮੈਂ ਉਹਨਾਂ ਨੂੰ ਗਾਈਡ ਕਰ ਦਿੰਦਾ ਕਿ ਯੂ ਮਸਟ ਸੋ ਦ ਅਮਰਜੋਤ ਸਰ ਵੀਡੀਓ ਜਿਹੜੀ ਉਹਨਾਂ ਨੇ ਕੇਪਸ ਨੋਟ ਦੇ ਰਿਗਾਰਡਿੰਗ ਪਾਈ ਹੋਈਆਂ ਨੇ। ਐਂਡ ਦ ਰਿਜ਼ਲਟ ਕਮਸ ਨੈਕਸਟ ਡੇ, ਉਹਨਾਂ ਦਾ ਇਹੀ ਸਰ ਆਉਂਦਾ ਕਿ ਸਰ ਵੀ ਹੈਵ ਅਪਲਾਈਡ ਅਵਰ ਕੇਪਸ ਨੋਟ ਔਨ ਅਵਰ ਓਨ ਐਂਡ ਇਟ ਟੁੱਕ ਓਨਲੀ $5। ਕੇਪਸ ਨੋਟ ਦੇ ਵਿੱਚ ਵੀ ਸਰ ਗੋਰਖ ਧੰਦਾ ਚੱਲ ਰਿਹਾ ਵੀ ਐਵਰੀਬਡੀ ਇਜ਼ ਲਾਈਕ ਚਾਰਜਿੰਗ ਅਰਾਊਂਡ 20,000 rupees, 15,000 rupees, ਲੱਗੇ ਲਾਉਂਦੇ ਨੇ ਸਰ ਜੀ, 272 rupees ਲੱਗਦੇ ਨੇ, 272 273 rupees ਲੱਗਦੇ ਨੇ ਸਾਰੇ $5, ਐਂਡ ਪੀਪਲ ਆਰ ਚਾਰਜਿੰਗ ਹਿਊਜ ਮਨੀਜ਼ ਆਊਟ ਆਫ ਇਟ ਸਰ। ਯਾ ਇਗਨੋਰੈਂਸ ਦਾ ਫਿਰ ਉਹ ਐਕਸਪਲੋਇਟੇਸ਼ਨ ਕਰ ਲੈਂਦੇ ਲੋਕ। ਪਰ ਮੈਂ ਇੱਕ ਵਾਰ ਦੁਬਾਰਾ ਐਮਫਸਾਈਜ਼ ਕਰਨਾ ਸੀ, ਐਕਚੁਅਲੀ ਜਿਹੜੇ ਲੋਕ ਕੰਸਲਟੈਂਟ ਨੂੰ ਯੂਜ਼ ਕਰ ਰਹੇ ਹੈ, ਵੀ ਹੈਵ ਟੂ ਇਨਸ਼ੋਰ ਕਿ ਇੱਕ ਰਿਟਨ ਕੰਟਰੈਕਟ ਹੋਣਾ ਚਾਹੀਦਾ ਹਰ ਚੀਜ਼ ਦਾ। ਆਈ ਐਮ ਸ਼ੋਰ ਕਿ ਇਹਨਾਂ ਕੋਲ ਰਿਟਨ ਕੰਟਰੈਕਟ ਕੁਛ ਨਹੀਂ ਹੈ ਕਿ ਬਈ ਜੇਕਰ ਕੁਛ ਹੋਏਗਾ ਤਾਂ ਫਿਰ ਕੀ ਹੋਏਗਾ, ਇਹਨਾਂ ਕੋਲ ਰਿਟਨ ਕੰਟਰੈਕਟ ਨਹੀਂ ਹੋਣਾ। ਦੂਸਰਾ ਜਿਹੜਾ ਯੂਜ਼ਰ ਨੇਮ ਪਾਸਵਰਡ ਆਪਣਾ ਇੱਕ ਪ੍ਰਾਇਵੇਟੀ ਬਣਾ ਕੇ ਉਸ ਈਮੇਲ ਨੂੰ ਕੰਟਰੋਲ ਕਰਨਾ ਜਾਂ ਐਕਸਪਲੋਇਟ ਕਰਨਾ, ਇਹ ਵੀ ਬਹੁਤ ਇੱਕ ਡੇਂਜਰਸ ਇੱਕ ਚੀਜ਼ ਹੈ ਕਿ ਜਿਹੜੇ ਲੋਕ ਮਤਲਬ ਕਿਉਂ ਨਹੀਂ ਐਮਫਸਾਈਜ਼ ਕਰਦੇ ਮੇਰੇ ਸਮਝ ਤੋਂ ਬਾਹਰ ਹੈ ਕਿ ਵੀ ਸਾਨੂੰ ਆਪਣਾ ਉਹਦਾ ਯੂਜ਼ਰ ਨੇਮ ਐਕਸੈਸ ਵਾਲਾ ਸਾਨੂੰ ਦਿਓ। ਜੋ ਵੀ ਈਮੇਲ ਆ ਰਹੀ ਹੈ ਐਮਬੈਸੀ ਤੋਂ, ਜਿਹੜੇ ਆਥੋਰਾਈਜ਼ ਕੰਸਲਟੈਂਟ ਵੀ ਹੈ ਨਾ, ਆਥੋਰਾਈਜ਼ ਕੰਸਲਟੈਂਟ ਤੇ ਲਾਇਰ ਨਹੀਂ ਵੀ ਹੈ, ਕਈ ਵਾਰ ਗਲਤੀ ਵਿੱਚ ਉਹ ਕਈ ਵਾਰ ਈਮੇਲ ਸਪੈਮ ਤੇ ਚਲੀ ਗਈ ਤੇ ਉਹ ਵੀ ਮਿਸ ਕਰ ਜਾਂਦੇ ਆ। ਤੇ ਬਾਕੀ ਟਰੈਵਲ ਏਜੰਟ ਦਾ ਕੀ ਕਹਿਣਾ, ਉੱਥੇ ਵੀ ਤੁਸੀਂ ਅਗਰ ਜੇ ਮਿਸ ਕਰ ਗਏ ਉਹ ਇੱਕ, ਕਿਉਂਕਿ ਇੱਕ ਵਾਈਟਲ ਟਾਈਮ ਸੈਂਸਿਟਿਵ ਇੱਕ ਈਮੇਲ ਹੈ ਕਿ ਵਿਦ ਇਨ 30 days ਤੁਸੀਂ ਜਵਾਬ ਦੇਣਾ। ਅਗਰ ਜੇ ਕਿਸੇ ਨੇ ਈਮੇਲ ਨਹੀਂ ਪੜ੍ਹੀ ਜਾਂ ਪੜ੍ਹ ਕੇ ਜਾਂ ਇਗਨੋਰ ਕਰਤੀ ਜਾਂ ਡਿਲੀਟ ਕਰਤੀ ਜਾਂ ਕਲਾਇੰਟ ਨੂੰ ਨਹੀਂ ਦੱਸਿਆ, ਇਹ ਬਹੁਤ ਵੱਡਾ ਇੱਕ ਬੇਇਨਸਾਫੀ ਹੈ ਕਲਾਇੰਟ ਦੇ ਫੇਵਰ ਦੇ ਕਿ ਉਹਨਾਂ ਨੂੰ ਇੱਕ ਮੌਕਾ ਨਹੀਂ ਮਿਲਿਆ ਤੇ ਉਹਦੇ ਬਾਅਦ ਫਿਰ ਝੂਠੇ ਕਾਗਜ਼ ਸ਼ੋ ਕਰਕੇ ਫਿਰ ਉਹ ਨਕਲੀ ਰਿਫਿਊਜ਼ਲ ਦਿਖਾਤਾ। ਦਿਸ ਇਜ਼ ਕੁਆਇਟ ਬੈਡ। ਇਸ ਤਰ੍ਹਾਂ ਦੇ ਕੇਸ ਦਾ ਕੁਛ ਹੋ ਸਕਦਾ ਪੰਜਾਬ ਵਿੱਚ ਕੋਈ ਹੈ, ਕੋਈ ਕੰਪਲੇਨ ਸਿਸਟਮ? ਮੇਰੇ ਖਿਆਲ ਨਹੀਂ ਸਰ ਜੀ, ਇਹਦੇ ਵਿੱਚ ਕੋਈ ਕੰਪਲੇਂਟ ਸਿਸਟਮ ਨਹੀਂ ਹੈ। ਇਹਦੇ ਵਿੱਚ ਸਿਰਫ ਇੱਕ ਕਮਿਸ਼ਨਰੇਟ ਨੂੰ ਇੱਕ ਕੰਪਲੇਂਟ ਰਿਟਨ ਜਾ ਸਕਦੀ ਹੈ, ਔਰ ਕਮਿਸ਼ਨਰੇਟ ਜਿਹੜਾ ਹੈਗਾ ਉਹ ਇਸ ਮੁਤਲਕ ਇੰਨਾ ਕੁ ਜ਼ਿਆਦਾ ਉਹ ਅਵੇਅਰਨੈਸ ਨਹੀਂ ਹੈ ਉਹਨਾਂ 'ਚ ਵੀ ਕੀ ਚੀਜ਼ ਰੀਫਰਨਿਸ਼ ਕੀਤੀ ਗਈ ਹੈ ਇਹਦੇ 'ਚ। ਇਹਦੇ 'ਚ ਇੱਕ ਬੱਚੇ ਦਾ ਸਾਰਾ ਫਿਊਚਰ ਜਿਹੜਾ ਉਹਨੂੰ ਉਸ ਬੰਦੇ ਨੇ ਆਪਣੇ ਹੱਥ ਵਿੱਚ ਲੈ ਕੇ ਰੀਫਰਨਿਸ਼ ਕਰ ਦਿੱਤਾ ਗਿਆ। ਦ ਕ੍ਰਾਈਮ ਇਜ਼ ਹਾਈਨੀਅਸ, ਬਹੁਤ ਹੀ ਮਾੜਾ ਕੀਤਾ ਉਸ ਬੱਚੇ ਦੇ ਨਾਲ ਉਹਨਾਂ ਨੇ, ਉਸ ਏਜੰਟ ਨੇ ਉਸ ਬੱਚੇ ਦਾ ਸਾਰਾ ਫਿਊਚਰ ਉਹਨੇ ਦਾਅ ਤੇ ਲਗਾ ਦਿੱਤਾ ਜਸਟ ਫੋਰ ਦ ਸੇਕ ਆਫ ਫਿਊ ਥਾਊਜ਼ੈਂਡ ਰੁਪੀਸ ਓਨਲੀ। ਐਂਡ ਸ਼ਾਇਦ ਕਮਿਸ਼ਨਰੇਟ ਨੂੰ ਇਸ ਚੋਟ ਦੀ ਗੰਭੀਰਤਾ ਦਾ ਨਹੀਂ ਪਤਾ ਹੋਏਗਾ ਮੇਰੇ ਖਿਆਲ ਦੇ ਵਿੱਚ, ਅਦਰਵਾਈਜ਼ ਦੇਰ ਇਜ਼ ਨੋ ਲੀਗਲ ਅਥਾਰਟੀਜ਼ ਓਵਰ ਹੇਅਰ ਜਿਹਨੂੰ ਤੁਸੀਂ ਜਾ ਕੇ ਕਹਿ ਸਕਦੇ ਹੋ ਕਿ ਆਈ ਹੈਵ ਬੀਨ ਚੀਟਿਡ ਬਾਈ ਦੀਜ਼ ਏਜੰਟਸ। ਐਂਡ ਦਿਸ ਗੋਜ਼ ਲਾਈਕ ਕੋਰਟ ਵਿੱਚ ਜਾਏਗਾ ਮਾਮਲਾ, ਐਂਡ ਕੋਰਟ ਵਿੱਚ ਵੀ ਜੱਜ ਨੂੰ ਵੀ ਨਹੀਂ ਪਤਾ ਹੋਏਗਾ ਬਿਕੋਜ਼ ਇਟ ਇਜ਼ ਨੋਟ ਅ ਮਰਡਰ, ਇਟ ਇਜ਼ ਨੋਟ ਅ ਕਿ ਉਹਦੇ ਚੀਟ ਕੀਤਾ ਗਿਆ, ਕਿਉਂਕਿ ਉਹਦੀ ਫੀਸ ਜਿਹੜੀ ਦਿਖਾਈ ਸੀ ₹16 lakh ਦੈਟ ਇਜ਼ ਲਾਇੰਗ ਇਨ ਦਾ ਅਕਾਊਂਟ ਆਫ ਦੈਟ ਸਟੂਡੈਂਟ ਓਨਲੀ। ਇਹਦੇ ਵਿੱਚ ਮੋਨੀਟਰੀ ਲੋਸਿਸ ਨਹੀਂ ਹੋਏ ਕਿਤੇ ਵੀ। ਸੋ ਇਹ ਮਾਮਲੇ ਨੂੰ ਚੀਟਿੰਗ ਦਾ ਵੀ ਮਾਮਲਾ ਦੇਣਾ ਬਹੁਤ ਔਖਾ ਹੈ, ਦਾ ਰੂਪ ਦੇਣਾ ਯਾਰ ਇਸ ਚੀਟਿੰਗ ਦਾ ਰੰਗ ਦੇਣਾ ਵੀ ਇਟ ਇਜ਼ ਵੈਰੀ ਵੈਰੀ ਟਫ ਨਾਓ ਟੂ ਪ੍ਰੂਵ ਕਿ ਇਹ ਸਾਰੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਨੇ। ਕਿਉਂਕਿ ਜੇ ਇੱਕ ਨੋਰਮਲ ਲੇਮੈਨ ਦੀ ਜ਼ਬਾਨ ਵਿੱਚ ਗੱਲ ਕਰੀਏ ਤਾਂ ਅਗਲਾ ਕਹੇਗਾ ਯਾਰ ਤੇਰੇ ਪੈਸੇ ਤਾਂ ਤੇਰੇ ਕੋਲ ਹੀ ਸੀ, ਸੋ ਫਿਰ ਕੀ ਹੋ ਗਿਆ ਤੇਰਾ ਵੀਜ਼ਾ ਰਿਫਿਊਜ਼ ਤਾਂ ਹੋ ਸਕਦਾ ਹੈ, ਵੀਜ਼ਾ ਦਾ ਰਿਫਿਊਜ਼ ਕਿਸੇ ਦਾ ਵੀ ਹੋ ਸਕਦਾ ਹੈ। ਸੋ ਪਰ ਇਹ 5 ਸਾਲ ਜਿਹੜਾ 5 ਸਾਲ ਦਾ ਬੈਨ ਹੈ ਇਹਦਾ ਕੌਣ ਰਿਸਪੋਂਸਿਬਿਲਟੀ ਲੇਗਾ ਬਸ ਇਹ ਚੀਜ਼ ਦਾ। ਹਾਂਜੀ ਸਰ, ਔਰ ਇਸ ਚੀਜ਼ ਨੂੰ ਥੋੜਾ ਜਿਹਾ ਅਣਗੋਲਿਆ ਕਰ ਦਿੱਤਾ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਬੈਨ ਹੀ ਲੱਗਿਆ, ਦਿਸ ਮਾਈਟ ਬੀ ਹੈਪਨ ਜਸਟ ਬਿਕੋਜ਼ ਆਫ ਯੂਰ ਡਾਕੂਮੈਂਟ ਜਾਂ ਕਿਸੇ ਹੋਰ ਚੀਜ਼ ਕਰਕੇ। ਬਟ ਜੇ ਇਹਦੇ ਲੂਪ ਹੋਲ ਦੇਖੇ ਜਾਣ, ਹਾਊ ਮਚ ਸੀਰੀਅਸ ਕ੍ਰਾਈਮ ਹੈਜ਼ ਬੀਨ ਹੈਪਨਡ ਓਵਰ ਹੇਅਰ, ਕਿ ਇੱਕ ਬੱਚੇ ਦਾ ਆਉਣ ਵਾਲਾ ਜਿਹੜਾ ਫਿਊਚਰ ਸੀ, ਹੀ ਮਾਈਟ ਬੀ ਗੈਟਿੰਗ ਹਿਸ ਪੀ ਆਰ ਇਨ ਨੈਕਸਟ ਕਮਿੰਗ 3 years ਔਰ 4 years, ਉਹਦੇ 5 ਸਾਲ ਹੁਣ ਇੰਡੀਆ 'ਚ ਨੇ, ਐਂਡ ਹੀ ਹੈਜ਼ ਬੀਨ ਸਰਵਡ ਅ ਬੈਨ ਫੋਰ 5 years, ਇਟ ਮੀਨਸ ਉਹਦਾ ਫਿਊਚਰ ਵੀ ਅੱਗੇ ਜਾਣਾ ਕੈਨੇਡਾ ਲਈ ਇਟ ਇਜ਼ ਨੋਟ ਦੈਟ ਈਜ਼ੀ। ਐਂਡ ਜਿਹੜੇ ਹੁਣ ਇਹਨੇ ਆਪਣੇ 5 ਸਾਲ ਗਵਾ ਦਿੱਤੇ ਨੇ, ਉਹ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹਦੀ ਕੌਣ ਪੂਰਤੀ ਕਰ ਸਕਦਾ ਸਰ? ਨੋ ਵਨ ਕੈਨ ਡੂ। ਜਿਹੜਾ ਸਮਾਂ ਹੱਥੋਂ ਨਿਕਲ ਜਾਂਦਾ ਉਹ ਚਲਾ ਜਾਂਦਾ ਸੀ। ਲੱਗਦਾ ਕਿ ਕਿਸੇ ਹੋਰ ਏਜੰਟ ਨੇ ਉਹਨੂੰ ਫਸਾ ਲੈਣਾ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕਿਸੇ ਹੋਰ ਕੰਟਰੀ ਲਈ।
ਸਰ ਉਹਦਾ ਗੈਪ ਬਹੁਤ ਜ਼ਿਆਦਾ ਹੈ ਐਂਡ ਪੀਪਲ ਵਿਲ ਟਰਾਈ ਟੂ ਮੇਕ ਦੈਮ ਕੂਲ ਅਗੇਨ ਮੈਂ ਤਾਂ ਉਹਨਾਂ ਨੂੰ ਮੈਂ ਇਹੀ ਗਾਈਡ ਕੀਤਾ ਕਿ ਇਟ ਇਜ਼ ਬੈਟਰ ਯੂ ਮਸਟ ਗੋ ਫੋਰ ਸਮ ਯੂਰੋਪੀਅਨ ਕੰਟਰੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਔਰ ਵੀ ਕੈਨ ਸੀ ਇਫ ਵੀ ਕੈਨ ਗੋ ਫੋਰ ਦਾ ਦਿਸ ਅਪੀਲ ਥਿੰਗ ਫੋਰ ਯੂ ਗਾਇਸ ਤੇ ਅਸੀਂ ਆਪਾਂ ਡਿਸਕਸ ਜ਼ਰੂਰ ਕਰਾਂਗੇ ਐਂਡ ਅਪੀਲ ਦਾ ਇਜ਼ ਇਟ ਇਜ਼ ਨਾਟ ਦੈਟ ਵਰਥ ਹੁਣ ਕਿਉਂਕਿ 2 ਮਹੀਨੇ ਲੰਘ ਚੁੱਕੇ ਨੇ ਐਂਡ ਰੂਲਸ ਨਹੀਂ ਕਹਿੰਦੇ ਕਿ ਆਪਾਂ ਅਪੀਲ ਕਰ ਸਕਦੇ ਹਾਂ ਨਹੀਂ ਅਪੀਲ ਅਪੀਲ ਗਈ ਸਸਤੀ ਹੁੰਦੀ ਹੈ ਅਪੀਲ ਵਿੱਚ ਕਿਸੇ ਵੀ ਲਾਇਰ ਨੇ ਕਿਉਂਕਿ ਫੈਡਰਲ ਕੋਰਟ ਨੂੰ ਰੈਪਰੈਜ਼ੈਂਟ ਕਰਨ ਲਈ ਕੋਈ ਲਾਇਰ ਦੀ ਲੋੜ ਹੈ ICCRC ਕੰਸਲਟੇਟ ਵੀ ਨਹੀਂ ਕਰ ਸਕਦਾ ਸਪੋਜ਼ ਅਗਰ ਮੈਂ ਮੈਂ ਸੋਚਾਂ ਕਿ ਮੈਂ ਜਾ ਕੇ ਮੇਰੇ ਕੋਲ ਅਥਾਰਟੀ ਨਹੀਂ ਹੈ ਕਿ ਜੱਜ ਦੇ ਸਾਹਮਣੇ ਇਹਦੇ ਬਾਰੇ ਆਪਾਂ ਇੱਕ ਲੀਵ ਪਟੀਸ਼ਨ ਸਾਈਨ ਕਰਨੀ ਹੁੰਦੀ ਹੈ ਫਿਰ ਉਹਨਾਂ ਨੂੰ ਜਸਟੀਫਾਈ ਕਰਨਾ ਹੁੰਦਾ ਹੈ ਕਿ ਕਿਹੜੇ ਕਿਹੜੇ ਰੀਜ਼ਨ ਕਰਕੇ ਤੁਹਾਡੇ ਨਾਲ ਬੇਇਨਸਾਫੀ ਹੋਈ ਹੈ ਮਤਲਬ ਕਿ ਵੀਜ਼ਾ ਆਫਿਸਰ ਨੇ ਕੀ ਕੋਈ ਗਲਤੀ ਕੀਤੀ ਹੈ ਕਿ ਨਹੀਂ ਹੈ ਵੀਜ਼ਾ ਆਫਿਸਰ ਦੀ ਗਲਤੀ ਨੂੰ ਰਿਵਿਊ ਕਰਨ ਦਾ ਇੱਕ ਪ੍ਰੋਸੈਸ ਹੈ ਅਗਰ ਵੀਜ਼ਾ ਆਫਿਸਰ ਨੇ ਤੁਹਾਨੂੰ 30 ਡੇਜ਼ ਨਹੀਂ ਦਿੱਤੇ ਵੀਜ਼ਾ ਆਫਿਸਰ ਨੇ ਤੁਹਾਨੂੰ ਇੱਕ ਮੌਕਾ ਅਗਰ ਵੀਜ਼ਾ ਆਫਿਸਰ ਦਾ ਜਿਹੜਾ ਇੱਕ ਜੋ ਐਰਰ ਹੈ ਉਹਨਾਂ ਨੇ ਕੋਈ ਅਗਰ ਕਾਨੂੰਨੀ ਐਰਰ ਕੀਤਾ ਤੇ ਉਸ ਜੱਜ ਨੂੰ ਦੇਖ ਰਿਹਾ ਜੱਜ ਇਹ ਨਹੀਂ ਦੇਖ ਰਿਹਾ ਕਿ ਵੀ ਫਲਾਣੇ ਟਰੈਵਲ ਏਜੰਟ ਨੇ ਗਲਤ ਪੇਪਰ ਲਾਤੇ ਤਾਂ ਰਿਫਿਊਜ਼ ਹੋ ਗਿਆ ਸੋ ਦੇ ਵਿਲ ਨਾਟ ਕੰਡੋਨ ਐਰਰ ਉਹ ਉਹਨਾਂ ਦੇ ਹੈ ਕਿ ਵੀ ਸਾਈਨ ਤੇ ਤੁਹਾਡੇ ਹੈ ਤੁਹਾਡੇ ਸਾਈਨ ਹੈ ਯੂ ਆਰ ਅ ਸਟੂਡੈਂਟ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਸਾਈਨ ਕਰ ਰਹੇ ਹੋ ਤੁਸੀਂ ਆਪ ਭਰੇ ਹੋ ਯੂ ਆਰ ਰਿਸਪੋਂਸਿਬਲ ਫੋਰ ਯੋਰ ਓਨ ਐਪਲੀਕੇਸ਼ਨ ਪੈਕੇਜ ਇਹ ਨਹੀਂ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਜੀ ਉਹ ਯੂਜ਼ਰ ਨੇਮ ਪਾਸਵਰਡ ਦੀ ਉਹਨਾਂ ਨੇ ਮੈਨੂੰ ਐਕਸੈਸ ਨਹੀਂ ਦਿੱਤਾ ਤੇ ਮੈਨੂੰ ਪਤਾ ਨਹੀਂ ਚੱਲਿਆ ਇਟ ਇਸ ਨਾਟ ਗੋਇੰਗ ਟੂ ਫਾਇਰ ਉਹ ਫਿਰ ਤਾਂ ਕਲਿੱਕ ਨਹੀਂ ਹੁੰਦੀ ਉਹ ਸਰ ਹਾਂਜੀ ਮੈਂ ਸਰ ਮੈਨੂੰ ਪਤਾ ਨਹੀਂ ਕਿਉਂ ਅੱਜ ਲੱਗ ਰਿਹਾ ਕਿ ਉਸ ਬੱਚੇ ਦਾ ਪੇਨ ਉਸ ਬੱਚੇ ਦਾ ਫਾਦਰ ਦਾ ਪੇਨ ਬਹੁਤ ਜ਼ਿਆਦਾ ਸੀ ਅੱਜ ਐਂਡ ਆਈ ਰੀਅਲੀ ਫੈਲਟ ਦੈਮ ਲਾਈਕ ਫਰੋਮ ਵੈਰੀ ਕਲੋਜ਼ ਮੈਨੂੰ ਬੜਾ ਅਫਸੋਸ ਹੋਇਆ ਬਹੁਤ ਹੀ ਬੁਰਾ ਲੱਗਿਆ ਕਿ ਇੱਕ ਪਾਸੇ ਆਪਾਂ ਸ਼ਤਾਬਦੀਆਂ ਮਨਾ ਰਹੇ ਹਾਂ ਜਨਮ ਦਿਨ ਦੀਆਂ ਔਰ ਦੂਸਰੇ ਪਾਸੇ ਆਪਾਂ ਚੀਟ ਕਰ ਰਹੇ ਹਾਂ ਇਟਸ ਨਾਟ ਅਬਾਊਟ ਸਿੱਖਮ ਇਟ ਇਜ਼ ਅਬਾਊਟ ਹਿਊਮੈਨਿਟੀ ਤੁਸੀਂ ਕਿਸੇ ਨੂੰ ਅਗਰ ਚੰਗਾ ਨਹੀਂ ਕਰ ਸਕਦੇ ਤਾਂ ਵਾਈ ਟੂ ਚੀਟ ਐਨੀ ਵਨ ਤੁਸੀਂ ਕਿਸੇ ਨਾਲ ਧੋਖਾ ਕਿਉਂ ਕਰਦੇ ਹੋ ਤੁਸੀਂ ਕਿਸੇ ਦੇ ਪੈਸੇ ਦਾ ਇਸਤੇਮਾਲ ਕਿਉਂ ਕਰਦੇ ਹੋ ਜਦੋਂ ਪਰਮਾਤਮਾ ਨੇ ਤੁਹਾਨੂੰ 10 ਨਾਖੂਨ 10 ਉਂਗਲਾਂ ਦਿੱਤੀਆਂ ਨੇ ਇਫ ਯੂ ਕੈਨ ਅਰਨ ਯੂਰ ਓਨ ਮਨੀ ਵਾਈ ਟੂ ਚੀਟ ਵਿਦ ਵਿਦ ਮਨੀ ਤੁਸੀਂ ਕਿਉਂ ਕਿਸੇ ਨਾਲ ਧੋਖਾ ਕਰਦੇ ਹੋ ਮੇਰੀ ਇਸ ਚੀਜ਼ ਤੇ ਐਮਫਸਿਸ ਬਹੁਤ ਨੇ ਤੇ ਤੁਸੀਂ ਰੁਪਈਏ ਦਾ ਕਿਸੇ ਨਾਲ ਧੋਖਾ ਵੀ ਕਿਉਂ ਕਰਨਾ ਜੇ ਕਰਨਾ ਤਾਂ ਤੁਸੀਂ ਹਿਊਮਨ ਇਮੋਸ਼ਨ ਦਾ ਕਿਸੇ ਨਾਲ ਧੋਖਾ ਕਿਉਂ ਕਰਨਾ ਕਿਸੇ ਨਾਲ ਬੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਰਾ ਕੁਛ ਸ਼ਾਇਦ ਅਦਰ ਹੋਰਾ ਧਰਮਾਂ ਸਾਡੇ ਧਰਮ ਚ ਨਹੀਂ ਹੁੰਦਾ ਤੇ ਬਹੁਤ ਹੀ ਮਾੜੀ ਗੱਲ ਹੈ ਸਰ ਕ੍ਰਿਸਚਨ ਜਾਂ ਹਿੰਦੂ ਇਹ ਸਾਰੇ ਰਿਲੀਜੀਅਸ ਪਿੱਛੋਂ ਆਉਂਦੇ ਨੇ ਸਭ ਤੋਂ ਪਹਿਲਾਂ ਹਿਊਮੈਨਿਟੀ ਹੋਣਾ ਚਾਹੀਦਾ ਔਰ ਬੀਇੰਗ ਅ ਗੁੱਡ ਹਿਊਮਨ ਯੂ ਮਸਟ ਨਾਟ ਪਲੇ ਵਿਦ ਦ ਇਮੋਸ਼ਨਸ ਆਫ ਸਮਵਨ ਤੁਸੀਂ ਰੁਪਈਆ ਪੈਸਾ ਨਹੀਂ ਚੀਟ ਕਰਦੇ ਯੂ ਆਰ ਗੁੱਡ ਬਟ ਜੇ ਤੁਸੀਂ ਕਿਸੇ ਦੇ ਇਮੋਸ਼ਨਸ ਨਾਲ ਖੇਡਦੇ ਹੋ ਉਹ ਵੀ ਬਹੁਤ ਮਾੜਾ ਹੈ ਬਹੁਤ ਮਾੜਾ ਹੈ ਚਾਹੇ ਉਹ ਕ੍ਰਿਸਚਨ ਹੋਵੇ ਚਾਹੇ ਉਹ ਸਿੱਖ ਹੋਵੇ ਚਾਹੇ ਉਹ ਸ਼ਤਾਬਦੀਆਂ ਮਨਾਉਂਦਾ ਹੋਵੇ ਚਾਹੇ ਉਹ 25 ਦਸੰਬਰ ਤੇ ਕ੍ਰਿਸਮਸ ਆਉਣਾ ਤੇ ਕ੍ਰਿਸਮਸ ਮਨਾਵੇ ਆਪਣਾ ਇਹ ਸੈਲੀਬ੍ਰੇਸ਼ਨ ਉਦੋਂ ਹੀ ਕੰਮ ਆਉਂਦੀਆਂ ਨੇ ਵੈਨ ਯੂ ਆਰ ਗੁੱਡ ਐਟ ਯੋਰ ਹਾਰਟ ਤੁਸੀਂ 2 ਬੰਦਿਆਂ ਨੂੰ ਰੋਕੋ ਵੀ ਇਹ ਕੰਮ ਨਾ ਕਰੋ ਤੁਸੀਂ ਨਾ ਕਿ ਤੁਸੀਂ ਨਾਲ ਇਨਵੋਲਵ ਹੋ ਜਾਓ ਔਰ ਸਭ ਉਹਨੂੰ ਚੀਟ ਕਰੋ ਆਈ ਨੋ ਅ ਲੋਟ ਆਫ ਪੀਪਲ ਜਿਹੜਾ ਮੇਰਾ ਕ੍ਰੈਡਿਟ ਕਾਰਡ ਯੂਜ਼ ਕਰਕੇ ਮੇਰੇ ਪੈਸੇ ਮੈਨੂੰ ਮੋੜਦੇ ਨਹੀਂ ਹੈਗੇ ਦਿਸ ਇਜ਼ ਮਾਈ ਮੇਰਾ ਸੁਨੇਹਾ ਉਹਨਾਂ ਨੂੰ ਵੀ ਰੱਖ ਲਓ ਪੈਸੇ ਸ਼ਾਇਦ ਤੁਹਾਡੇ ਕੰਮ ਆ ਜਾਣ ਬਟ ਅੱਗੋਂ ਸ਼ਾਇਦ ਕਿਸੇ ਨਾਲ ਨਾ ਕਰਨਾ ਤੇ ਮੇਰਾ ਕ੍ਰੈਡਿਟ ਕਾਰਡ ਤੁਸੀਂ ਮੰਗ ਸਕਦੇ ਹੋ ਆਈ ਕੈਨ ਗਿਵ ਯੂ ਅਗੇਨ ਕਿ ਤੁਸੀਂ ਜ਼ਰੂਰ ਦੇਖੋ ਇਸ ਵੀਡੀਓ ਨੂੰ ਐਂਡ ਚੀਟ ਹੋਣ ਤੋਂ ਬਚੋ ਐਂਡ ਜੋ ਤੁਸੀਂ ਵੱਧ ਤੋਂ ਵੱਧ ਆਪਣੀ ਨੌਲੇਜ ਲੈ ਸਕਦੇ ਹੋ ਇਫ ਯੂਰ ਸਟੂਡੈਂਟ ਇਫ ਯੂਰ ਸਨ ਇਜ਼ ਯੂਰ ਡਾਟਰ ਇਜ਼ ਗੋਇੰਗ ਟੂ ਗੋ ਅਬਰੋਡ ਉਸ ਚੀਜ਼ ਦੀ ਜਾਣਕਾਰੀ ਪੂਰੀ ਤੁਸੀਂ ਆਪਣੇ ਹਾਸਿਲ ਕਰੋ ਫਿਰ ਆਪਣੇ ਬੱਚੇ ਨੂੰ ਬਾਹਰ ਭੇਜੋ Amarjot sir is not going to save your skin always all the time kai wari sade kol vi case late pahunchda hai assi todi jive hun is case ik madad nahi kar sakde we are really sorry assi mainu apne dil to bada bahut maada lag reha ki us bacche di main help nahi kar pa raha chalo thank you very much I hope ke kuch lokan nu at least kuch jehde jo hun process start kar rahe hain at least unhan nu ek kuch video dekh kar kuch to pata lagega ki bhai assi ਕਿਸ ਤਰੀਕੇ ਨਾਲ ਆਪਣੇ ਆਪ ਨੂੰ ਥੋੜਾ ਬਚਾਅ ਕਰ ਸਕਦੇ ਹਾਂ ਅਗਰ ਜੇ ਪੋਸਿਬਿਲਿਟੀ ਹੈ ਤੇ
ਧਰਮਾਂ ਦੀ ਵੱਖਰੀ ਹੈ, ਚੀਟਿੰਗ ਛੱਡ ਦੇਣੀ ਚਾਹੀਦੀ ਹੈ, ਇਨਸਾਨ ਨੂੰ ਇਨਸਾਨੀਅਤ ਤੇ ਉਤਰ ਆਉਣਾ ਚਾਹੀਦਾ ਹੈ। ਦੈਟਸ ਇਟ ਸਰ। ਪਰ ਇਹ ਜਿਹੜਾ ਸਿਸਟਮ ਹੈ ਨਾ ਕਿ ਟਰੈਵਲ ਏਜੰਟਾਂ ਨੂੰ ਤੁਸੀਂ, ਕਿਉਂਕਿ ਹੋ ਸਕਦਾ ਕਿ ਸਸਤੇ 'ਚ ਕੰਮ ਕਰ ਰਹੇ ਹੈ, ਜੋ ਵੀ ਕੁਝ ਕਰ ਰਹੇ ਹੈ, ਟਰੈਵਲ ਏਜੰਟਾਂ ਨੂੰ ਤੁਸੀਂ ਆਪਣੀ ਇਨਫੋਰਮੇਸ਼ਨ ਦੇਤੀ, ਉਹਨਾਂ ਨੇ ਫਾਰਮ ਵਿੱਚ ਕੀ ਲਿਖਿਆ ਨਹੀਂ ਲਿਖਿਆ, ਤੁਹਾਡੇ ਸਾਰੀ ਇਨਫੋਰਮੇਸ਼ਨ ਨੂੰ ਮੈਨੂਪੁਲੇਸ਼ਨ ਉਹ ਕਰ ਰਹੇ ਹੈ, ਮਤਲਬ ਦਿਸ ਇਜ਼ ਵੈਰੀ ਸੀਰੀਅਸ। ਕਿ ਇੱਥੇ ਵੀ ਐਕਚੁਅਲੀ ਨਾਟ ਓਨਲੀ ਇਨ ਇੰਡੀਆ, ਨਾਟ ਓਨਲੀ ਇੰਡੀਆ ਬਟ ਆਈ ਸੀ ਹੇਅਰ ਇਨ ਕੈਨੇਡਾ ਆਲਸੋ ਦੇ ਆਰ ਸਮ ਯੂ ਨੋ ਪੀਪਲ ਹੂ ਡੂ ਦਿਸ। ਕਿ ਅਗਲੇ ਨੂੰ ਸ਼ਾਇਦ ਕਲਾਇੰਟ ਨੂੰ ਜਾਂ ਟਾਈਮ ਨਹੀਂ ਹੈ, ਨੌਲੇਜ ਨਹੀਂ ਹੈ, ਉਹ ਕਹਿੰਦੇ ਤੁਸੀਂ ਕਰ ਦਿਓ, ਕਿਸੇ ਤੋਂ ਕਰਾ ਲਿਆ ਜਿਹਦੇ ਕੋਲ ਲਾਇਸੈਂਸ ਨਹੀਂ ਹੈ, ਤੇ ਉਹ ਸਾਰੀ ਇਨਫੋਰਮੇਸ਼ਨ ਮੈਨੂਪੁਲੇਟ ਕਰਦੇ ਹੈ ਉਹਨਾਂ ਦੇ ਬਿਹਾਫ ਤੇ, ਐਂਡ ਆਫ ਕੋਰਸ ਦੈਟਸ ਅ ਬਿਗ ਐਕਸੀਡੈਂਟ ਵੇਟਿੰਗ ਟੂ ਹੈਪਨ। ਪਰ ਐਨੀਵੇ ਚਲੋ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ, ਆਈ ਵਿਲ ਟਾਕ ਟੂ ਯੂ ਲੇਟਰ। ਥੈਂਕ ਯੂ। ਰਾਈਟ ਸਰ, ਥੈਂਕ ਯੂ, ਬਾਏ।